ਮਾਰਨਿੰਗ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਅਤੇ ਉਮੀਦ ਆ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਅਤੇ ਠੀਕ ਹੋਵੋਗੇ ਅਤੇ ਆਪਾਂ ਨੂੰ ਬਿਲਕੁਲ ਠੀਕ ਹੁੰਦੇ। ਟਾਈਮ ਹੋ ਚੁੱਕਿਆ ਲਾਈਟ ਪੌਣੇ 12, ਅਤੇ ਅੱਜ ਆਪਾਂ ਵਲੋਗ ਥੋੜ੍ਹਾ ਜਿਹਾ ਲੇਟ ਸਟਾਰਟ ਕਰਿਆ ਕਿਉਂਕਿ ਮੈਂ ਪਹਿਲਾਂ ਸੁਬਹ ਸੁਬਹ ਬਣਾਉਣ ਲੱਗ ਗਈ, ਥੋੜ੍ਹਾ ਜਿਹਾ ਕੰਮ ਸੀ ਕਰਦੇ ਤਾਂ ਨਾਲੇ ਉਹ ਕਰਕੇ ਠੀਕ ਹੈ। ਨਹੀਂ ਗਾਈਸ, ਵਲੋਗ ਬਣਾਉਣ ਦਾ ਕਾਰਨ ਇਹ ਹੈ ਲੇਟ, ਕਿਉਂਕਿ ਮੈਂ ਹੁਣੇ ਉੱਠਿਆ ਕਿਉਂਕਿ ਰਾਤ ਮੇਰਾ ਮੋਢਾ ਦੁਖੀ ਗਿਆ, ਰਾਤ ਮੈਂ ਸੁੱਤਾ ਨਹੀਂ ਗਾ। ਹਾਂ, ਇਹ ਤਾਂ ਮੈਂ ਹੀ ਹਿੰਮਤ ਕਰਦਾ, ਬਸ ਫੋਨ ਚੱਕ ਲੈਂਦਾ, ਵਲੋਗ ਬਣਾਉਂਦਾ। ਗਾਈਜ਼, ਨਹੀਂ ਇਹ ਆਪ ਨਹੀਂ ਬਣਾਉਂਦੀ, ਕਹਿਣਾ ਪੈਂਦਾ ਇਹਨੂੰ, ਤਾਂ ਕਰਕੇ ਵਲੋਗ ਲੇਟ ਬਣ ਰਿਹਾ। ਹਾਂਜੀ, ਉੱਠਣ ਸਾਰ ਮੇਰੇ ਨਾਲ ਗਾਈਜ਼ ਲੜਨ ਲੱਗ ਗਈ, ਲੜਨ ਇਹ ਲੱਗ ਗਈ। ਦੇਖੋ ਛੁੱਟੀ ਹੈ ਤਾਂ ਹੁਣ ਜਿਹੜੇ ਕੰਮ ਮੈਂ ਇਕੱਲੀ ਨਹੀਂ ਕਰ ਸਕਦੀ ਉਹ ਇਹਨਾਂ ਨੂੰ ਨਾਲ ਰਲ ਕੇ ਤਾਂ ਕਰਾਉਣੇ ਪੈਣੇ ਆ ਨਾ। ਕਾਰਨ ਇਹ ਹੈ, ਲੜਾਈ ਦਾ ਕਾਰਨ ਇਹ ਹੁੰਦਾ, ਇਹ ਕਹਿੰਦੇ ਛੁੱਟੀ ਅੱਜ ਮੈਂ ਰੈਸਟ ਕਰੂੰਗੀ, ਇਹ ਕਰੂੰ ਉਹ ਕਰੂੰ, ਮੈਨੂੰ ਉਠਾਓ ਨਾ ਮੈਂ ਪਿਆ। ਮੈਨੂੰ ਐਂ ਹੁੰਦਾ ਵੀ ਛੁੱਟੀ ਤਾਂ ਆਪਾਂ ਲਾਹਾ ਲਈਏ ਕਿ ਉਹਨਾਂ ਆਪਾਂ ਜਿਹੜਾ ਕੋਈ ਕੰਮ ਪੈਂਡਿੰਗ ਹੋਇਆ ਆਪਾਂ ਉਹ ਕੰਮ ਕਰੀਏ, ਅਤੇ ਕਹਿਣਗੇ ਨਹੀਂ ਮੈਂ ਹਜੇ ਸੌਂਗਾ। ਮੈਂ ਇਹਨਾਂ ਨੂੰ ਉਠਾਇਆ ਨਹੀਂ, ਮੈਂ ਚੁੱਪਚਾਪ ਉੱਠੀ, ਆਪਣਾ ਉੱਠ ਕੇ ਆਪਣੀ ਸਬਜ਼ੀ ਵਗੈਰਾ ਬਣਾਈ, ਝਾੜੂ ਪੋਚਾ ਕਰਤਾ, ਅਤੇ ਇੱਕ ਸਟੋਰ ਸਾਡਾ ਸਾਫ਼ ਕਰਨ ਵਾਲਾ ਉਹ ਹੁਣ ਅਸੀਂ ਉੱਥੋਂ ਸਫਾਈ ਕਰਨ ਲੱਗੇ। ਮੈਂ ਇਹਨਾਂ ਨੂੰ ਕਿਹਾ ਕੱਲ੍ਹ ਕੂਲਰ ਕੱਢਿਆ ਸੀ ਜਿੱਥੋਂ, ਉੱਥੇ ਥੋੜ੍ਹਾ ਜਿਹਾ ਤੁਹਾਨੂੰ ਪਤਾ ਜਦੋਂ ਆਪਾਂ ਸਮਾਨ ਇੱਧਰ ਉੱਧਰ ਕਰਦੇ ਹਾਂ ਤਾਂ ਨੀਚੇ ਥੋੜ੍ਹਾ ਮੋਟਾ ਖਲਾਰਾ ਪਿਆ ਰਹਿੰਦਾ, ਮਿੱਟੀ ਹੋ ਜਾਂਦੀ, ਇਕੱਠੀ ਖਲਾਰਾ ਵੀ ਹੋ ਜਾਂਦਾ, ਜਿਹੜੀ ਚੀਜ਼ ਉੱਪਰ ਰੱਖੀ ਹੁੰਦੀ ਆ ਉਹ ਉਥਲ ਬੁਥਲ ਹੋ ਜਾਂਦਾ। ਫਿਰ ਵੀ ਉੱਪਰ ਦੀ ਉੱਪਰ ਸਮਾਨ ਰੱਖੀ ਜਾਂਦੇ ਆਪਾਂ, ਜਿਵੇਂ ਸੈਟਿੰਗ ਕਰਨ ਵਾਲੀ, ਇਸ ਕਰਕੇ ਮੈਂ ਇਹਨਾਂ ਨੂੰ ਕਿਹਾ ਮੇਰੇ ਨਾਲ ਉਹ ਲਾ ਕੇ ਕਰਵਾ ਦਿਓ। ਕਰਨ ਨੂੰ ਮੈਂ ਇਕੱਲੀ ਵੀ ਕਰ ਸਕਦੀ ਸੀ, ਪਰ ਐਂ ਹੁੰਦਾ ਵੀ ਚਲੋ ਨਾਲ ਥੋੜ੍ਹੀ ਹੈਲਪ ਹੋਈ ਦੇ, ਬੰਦਾ ਜਲਦੀ ਵਿਹਲਾ ਹੋ ਜਾਂਦਾ, ਅਤੇ ਇਸ ਕਰਕੇ ਹੁਣ ਸਾਡੇ ਘਰੇ ਹੋ ਗਈ ਹੈ ਜੀ ਲੜਾਈ ਇਸ ਗੱਲ ਵਿੱਚ। ਮੈਨੂੰ ਕਿਉਂ ਉਠਾਇਆ, ਐਂ ਉਹ ਫਲਾਣਾ ਕਿੱਦਾਂ ਨਹੀਂ ਹੋ, ਜੋ ਵੀ ਹੁੰਦਾ ਓਵਰ ਲੜਾਈ ਹੋ ਗਿਆ। ਹੁਣ ਮੈਂ ਪੂਰੀ ਸਫਾਈ ਦਿੱਤੀ ਆਪਣੇ ਵੰਨੀ ਵੀ ਮੈਂ ਕਿਉਂ ਵਲੌਗ ਬਣਾਉਣ ਲੱਗੇ ਲੇਟ ਹੋ ਗਈ। ਚਲੋ ਗਾਈਜ਼, ਆਪਾਂ ਸਫਾਈ ਦੀ ਮੰਨ ਲਈ, ਹੁਣ ਆਪਾਂ ਸਫਾਈ ਕਰ ਦਿੰਦੇ ਆ। ਸਫਾਈ ਨਾਲ ਛਿਲਣ ਵਾਲਾ ਉਹ ਛਿਲਣਾ, ਕੱਲ ਸਾਡਾ ਏਸੀ ਵਾਲਾ ਨਹੀਂ ਆਇਆ ਸਰਵਿਸ ਕਰਨ ਵਾਲਾ, ਅੱਜ ਵੀ ਨਹੀਂ ਆਉਂਦਾ, ਉਹ ਅੱਜ ਨਹੀਂ ਹੋ ਗਈ ਗੱਲ, ਉਹ ਕਹਿੰਦਾ ਨਹੀਂ ਵੀਰੇ ਕੱਲ ਆਊਗਾ, ਫਿਰ ਕੱਲ ਤੇ ਪੈਂਡਿੰਗ ਪਿਆ ਰਿਹਾ ਇਹਨਾਂ ਤੇ ਛੋਟੇ ਮੋਟੇ ਹੋਰ ਕੰਮ ਨੇ ਉਹ ਕਰਨੇ ਤੁਸੀਂ। ਗਾਈਜ਼, ਟਾਈਮ ਹੋ ਗਿਆ ਜੀ ਆਪਣਾ 1 ਵਜ ਗਿਆ, ਦੇਖੋ ਤੇ ਆਪਾਂ ਲਾਇਆ ਹੁਣ ਟੀਵੀ, ਆਪਾਂ ਦੇਖਾਂਗੇ ਫਿਲਮ ਕ੍ਰੈਕ ਆਈ ਵੀ ਆ ਹੌਟਸਟਾਰ ਤੇ। ਅਤੇ ਦੂਜੀ ਗੱਲ ਗਾਈ, ਚੱਕਰ ਕਰਤੇ ਸੀਗੀ ਸਾਡੀ ਗੱਲ ਕਰਤੀ, ਹੁਣ ਸਾਨੂੰ ਰੋਟੀ ਭੁੱਖ ਲੱਗੀ ਜਾਂਦੀ ਹੈ, ਰਾਖੀ ਨੂੰ ਬਣਾਈਆਂ ਜੀ ਭਿੰਡੀਆਂ, ਹੁਣ ਰੋਟੀ ਲੈ ਕੇ ਆ ਰਹੀ ਹੈ, ਰੋਟੀ ਖਾਵਾਂਗੇ। ਆ ਗਈ ਸਬਜ਼ੀ ਭਿੰਡੀ, ਹਾਂ ਕਿਆ ਬਾਤ ਹੈ ਬਈ, ਹਾਂ ਦੇਖੋ ਗਾਈਸ ਭਿੰਡੀਆਂ ਬਣੀਆਂ ਅੱਜ, ਕਿਆ ਬਾਤ, ਰੋਟੀ ਚੱਕ ਲਿਆ, ਨਾਲੇ ਲਾਵਾਂਗੇ ਅਸੀਂ ਇੱਥੇ ਮੂਵੀ। ਗਾਈਸ, ਟਾਈਮ ਹੋ ਗਿਆ 3:15 ਅਤੇ ਮੂਵੀ ਆਪਾਂ ਲਈ ਦੇਖ, ਅਤੇ ਹੁਣ ਰਾਖੀ ਬਣਾਉਣ ਲੱਗੀ ਹੈ, ਰੂਹ ਅਫਜ਼ਾ ਸ਼ੇਕ, ਕਿਆ ਬਾਤ ਹੈ ਬਈ, ਮੈਂ ਸ਼ਾਇਰ ਬਣ ਜਾਣਾ ਰਾਖੀ, ਹੈਂ ਗਾਈਸ ਮੈਂ ਸ਼ਾਇਰ ਬਣ ਜਾ, ਦੇਖੋ ਨਾ। ਟਾਈਮ ਹੋ ਗਿਆ ਗਾਈਸ 3:15 ਅਤੇ ਮੂਵੀ ਆਪਾਂ ਲਈ ਹੈ ਦੇਖ, ਅਤੇ ਰਾਖੀ ਬਣਾ ਰਹੀ ਹੈ ਰੂਹ ਅਫਜ਼ਾ ਸ਼ੇਕ, ਦੇਖੋ ਲਾਈਨਾਂ 'ਤੇ ਲੈਣਾ ਆਪੇ ਜੁੜ ਜਾਂਦੀਆਂ, ਅਤੇ ਮੌਸਮ ਹੋ ਚੁੱਕਿਆ ਬੱਦਲਾਂ ਵਾਲਾ, ਬੱਦਲ ਹੋ ਚੁੱਕੇ ਨੇ, ਅਤੇ ਰੂਹ ਅਫਜ਼ਾ ਪੀਂਦੇ ਹਾਂ ਅਸੀਂ ਹੁਣ। ਰਾਖੀ ਕਹਿੰਦੀ ਰੂਹ ਅਫਜ਼ਾ ਪੀਏ ਜੀ, ਅਗਰ ਬਣਾਓ ਜੀ। ਜੀਕੇ ਮੈਂ ਬਾਹਰ ਜਾ ਕੇ ਕਟਾਇਆ ਵਾ, ਅਗਰ ਕਟਾਇਆ ਨਾ ਤੇ ਆਪਾਂ ਅੱਜ ਕਿਤੇ ਗਏ ਨਹੀਂ ਘੁੰਮਣ ਘਾਮਣ, ਸੰਡੇ ਸੀਗਾ, ਜਾਣਾ ਤਾਂ ਸੀਗਾ, ਰਾਖੀ ਨੇ ਵਧੇਰਾ ਕਿਹਾ ਮੈਨੂੰ, ਪਰ ਮੈਂ ਗਿਆ ਨਹੀਂ, ਮੈਂ ਕਿਹਾ ਯਾਰ ਛੱਡ, ਅੱਜ ਨਾ ਮਨ ਹੀ ਨਹੀਂ ਕੀਤਾ ਕਿਤੇ ਜਾਣ ਦਾ, ਮੈਂ ਕਿਹਾ ਯਾਰ ਛੱਡ ਯਾਰ, ਘਰੇ ਬੈਠੇ ਹਾਂ, ਘਰੇ ਬੈਠੇ ਰਹੋ। ਸੋ ਘਰ ਸੀਗੇ ਆਪਾਂ ਅੱਜ, ਅਤੇ ਇਹ ਜਿਹੜਾ ਵਲੋਗ ਹੈ ਆਪਾਂ ਹੁਣ ਕੰਟੀਨਿਊ ਕਰਾਂਗੇ, ਵਿੱਚ ਆਪਾਂ ਕੱਲ੍ਹ ਦਾ ਵੀ ਇੰਕਲੂਡ ਕਰਾਂਗੇ ਵਲੋਗ, ਠੀਕ ਹੈ ਜੀ। ਅਤੇ ਹੁਣ ਜਿਹੜਾ ਤੁਸੀਂ ਸੀਨ ਦੇਖੋਗੇ ਇਹ ਹੈਗਾ ਆਪਣਾ ਨੈਕਸਟ ਮੋਰਨਿੰਗ ਦਾ, ਠੀਕ
ਠੀਕ ਹੈ ਦੇਖੋ ਜੀ ਗਾਈਜ਼ ਗੁੱਡ ਮੋਰਨਿੰਗ ਜੀ ਟਾਈਮ ਹੋ ਗਿਆ ਸਾਡੇ 7 ਅਤੇ ਸਵੇਰੇ ਸਵੇਰੇ ਅੱਜ ਕੁਛ ਹੋਰ ਹੀ ਹੋ ਗਿਆ ਦੇਖੋ ਸਾਡੇ ਉੱਠਣ ਸਾਰ ਸਾਡੇ ਪਾਣੀ ਨਿਕਲਣ ਲੱਗ ਗਿਆ ਦੇਖੋ ਇਹਦੇ ਫੁਹਾਰਾ ਜੀ ਬਣ ਕੇ ਨਿਕਲ ਜਾਂਦਾ ਸੀਗਾ ਪਲੰਬਰ ਨੂੰ ਬੁਲਾਇਆ ਹੁਣ ਉੱਥੋਂ ਪੈਪ ਪੂਪ ਟੁੱਟ ਗਈ ਹੋਣੀ ਹੈ ਕੋਈ ਲੀਕ ਕਰ ਗਈ ਹੋਣੀ ਹੈ ਉੱਪਰ ਇੱਕ ਵਾਰ ਬੰਦ ਕਰ ਆਉਂਦਾ ਅਸੀਂ ਜਾ ਕੇ ਟੈਂਕੀ ਹੁਣ ਇਹ ਸੈੱਟ ਕਰੂ ਆ ਕੇ ਪਲੰਬਰ ਕਹਿੰਦਾ ਸੀ ਕਹਿੰਦਾ ਵੀਰੇ ਮੈਂ ਆਉਂਦਾ ਦੇਖੋ ਕਿੰਨੇ ਵਜੇ ਤੱਕ ਆਉਂਦਾ ਅਤੇ ਮੌਸਮ ਬਹੁਤ ਵਧੀਆ ਅੱਜ ਮੌਸਮ ਹੀ ਜੋਸਮ ਚਿੱਕੜੋ ਚਿੱਕੜੀ ਹੋ ਗਿਆ ਥੱਲੇ ਸਾਰਾ ਘੈਂਟ ਮੌਸਮ ਗਈ ਟਾਈਮ ਹੋ ਗਿਆ ਜੀ 8:30 ਹੋ ਚੁੱਕੇ ਆ ਅਤੇ ਆਪਾਂ ਹੋ ਚੁੱਕੇ ਲਾ ਕੇ ਰੈਡੀ ਜਾਣ ਵਾਸਤੇ ਡਿਊਟੀ ਆਹ ਦੇਖੋ ਅੱਜ ਬਣੀ ਜਾਂਦੀ ਹੈ ਸਬਜ਼ੀ ਘਰੇ ਦੇਖੋ ਦੁੱਧ ਵਾਲਾ ਕੱਦੂ ਮਾਈ ਫੇਵਰੇਟ ਮੈਨੂੰ ਨਾ ਪਹਿਲਾਂ ਪਸੰਦ ਨਹੀਂ ਹੁੰਦਾ ਸੀਗਾ ਇਹ ਕਿਉਂਕਿ ਕੱਦੂ ਮੈਂ ਖਾਂਦਾ ਨਹੀਂ ਸੀਗਾ ਨਾ ਦੂਜਾ ਨਾ ਦੁੱਧ ਵਾਲਾ ਪਰ ਜੋ ਰਾਖੀ ਆਈ ਜਾਣੇ ਫਿਰ ਦੁੱਧ ਵਾਲਾ ਕੱਦੂ ਬਣਾਇਆ ਨਾ ਉਦੋਂ ਬਾਅਦ ਫਿਰ ਐਂ ਟੇਸਟ ਲੱਗਣ ਲੱਗ ਗਿਆ ਮੈਂ ਕਿਹਾ ਯਾਰ ਨਹੀਂ ਬਣਾਉਣਾ ਹੁਣ ਕੱਦੂ ਕਰੇ ਤਾਂ ਦੁੱਧ ਵਾਲਾ ਕੱਦੂ ਹੀ ਬਣਾਓ ਦੂਜਾ ਨਹੀਂ ਬਣਾਉਣਾ ਗਾਈਜ਼ ਆਪਣੇ ਇੱਥੇ ਟੂਟੀ ਖਰਾਬ ਹੋ ਗਈ ਸੀਗੀ ਪਾਣੀ ਲੀਕ ਕਰਨ ਲੱਗ ਗਿਆ ਸੀ ਅਤੇ ਭਈਆ ਆਏ ਹੋਏ ਨੇ ਪਲੰਬਰ ਇਹ ਕਰ ਰਹੇ ਨੇ ਠੀਕ ਅਤੇ ਉੱਪਰ ਪਾਣੀ ਛੱਡਣ ਗਏ ਹੋਏ ਨੇ ਵੀ ਡਿਊਟੀ ਤੋਂ ਆ ਗਏ ਸੀਗੇ ਅਤੇ ਸਵੇਰੇ ਉੱਥੇ ਪਾਣੀ ਪੂਰਾ ਪਾਣੀ ਪਾਣੀ ਆ ਪਿਆ ਜਦੋਂ ਸਵੇਰੇ ਉੱਠੇ ਅਤੇ ਦੇਖਿਆ ਪੂਰਾ ਇੱਥੇ ਸਾਰਾ ਪਾਣੀ ਪਾਣੀ ਫਿਰ ਭਈਆ ਨੂੰ ਫੋਨ ਕਰਿਆ ਭਈਆ ਨੇ ਮੈਂ ਰੁਕ ਕੇ ਆਊਂ ਹਾਂ ਹੁਣ ਨਹੀਂ ਆ ਰਿਹਾ ਸਵੇਰੇ ਬਹੁਤ ਪਾਣੀ ਪਾਣੀ ਹੋ ਗਿਆ ਸੀ ਇੱਥੇ ਹੁਣ ਸਹੀ ਹੋ ਗਿਆ ਸਵੇਰੇ ਅਸੀਂ ਡਰ ਗਏ ਵੀ ਲੈ ਵੀ ਤਾਂ ਕੁਛ ਹੋਰ ਹੀ ਕੰਮ ਹੋ ਗਿਆ ਕੁਛ ਮੀਂਹ ਪੈਣ ਲੱਗ ਗਿਆ ਫਿਰ ਤੁਹਾਨੂੰ ਐਂ ਹੋਗਾ ਵੀ ਹੁਣ ਤਾਂ ਨਿਕਲ ਹੀ ਜਾਊਗਾ ਫਿਰ ਇਹ ਕਹਿੰਦੇ ਨਹੀਂ ਇੱਕ ਜਗਾੜ ਹੈਗਾ ਉੱਪਰ ਪਤਾ ਮੈਨੂੰ ਗੇਟ ਵਾਲ ਬੰਦ ਕਰਿਆ ਇਹ ਹੋਰ ਆ ਹੀ ਨਹੀਂ ਰਿਹਾ ਟੂਟੀ 'ਚ ਦੇਖੋ ਟੂਟੀ 'ਚ ਲਾ ਕੇ ਦੇਖੀਏ ਪਾਣੀ ਆ ਰਿਹਾ ਪਾਣੀ ਟੂਟੀ 'ਚ ਨਹੀਂ ਆਇਆ ਅੱਛਾ ਓਕੇ ਪਾਣੀ ਆਉਣ ਲੱਗ ਗਿਆ ਚਲੋ ਟੂਟੀ 'ਚ ਵਧੀਆ ਹੋ ਗਿਆ ਤਾਂ ਸਵੇਰ ਦਾ ਬੜਾ ਡਰ ਗਿਆ ਸੀ ਨਾ ਹਾਂ ਉਹ ਵੀ ਇੱਕ ਵਾਰ ਮਾੜੀ ਚੈੱਕ ਕਰ ਦੋ ਵਹੀ ਤਾਂ ਬੋਲ ਰਿਹਾ ਕਿ ਉਸਮੇ ਟਪ ਟਪ ਕਰਤਾ ਹੈ ਪਾਣੀ ਇੱਕ ਇੱਕ ਤਬਕਾ ਗਿਰਤਾ ਰਹਿਤਾ ਇਸ ਨੀਚੇ ਭਈਆ ਇਸਕੋ ਵੀ ਇੱਕ ਵਾਰ ਦੇਖ ਲਓ ਸਾਡਾ ਇਹ ਰਸੋਈ ਵਾਲਾ ਪਾਣੀ ਟਪ ਟਪ ਕਰਦਾ ਹੀ ਰਹਿੰਦਾ ਦੇਖੋ ਕਰਦਾ ਨਾ ਇਹ ਹਟਾਉਣਾ ਆਪਾਂ ਚਾਕੂ ਕੀ ਚਮਚ ਦੇਖੋ ਸਵਾ 7 ਹੋ ਚੁੱਕੇ ਆ ਤੇ ਰਾਖੀ ਕਰ ਰਹੀ ਆ ਹੁਣ ਜੋਤ ਬਹੁਤ ਕੰਮ ਕਰਦੀ ਹੈ ਸਰ ਦੀ ਜ਼ਿੰਮੇਵਾਰੀ ਸਾਰੀ ਸਾਂਭੀ ਬੈਠੀ ਹੈ ਨੰਨੀ ਜੀ ਜਾਣ ਇੱਥੋਂ ਗਾਈ ਦੀ ਫੋਟੋ ਲਾਤੀ ਆਪਾਂ ਫੋਟੋ ਆਪਾਂ ਲਾਤੀ ਪਰ ਜਾਲੇ ਲੱਗੇ ਹੋਏ ਜਾਲੇ ਤਾਰੇ ਨੇ ਸਹੀ ਗੱਲ ਰਾਖੀ ਦੀ ਤਾਂ ਜਾਲੇ ਤਾਂ ਹੁਣ ਲਾ ਦਿੰਦੇ ਪਰ ਹੁਣ ਨਹੀਂ ਲਾਉਣੇ ਦੋਨੇ ਵਕਤ ਰਲਦੇ ਆ ਸਵੇਰੇ ਲਾਵਾਂਗੇ ਕਿਉਂਕਿ ਨਾ ਫੋਟੋ 'ਤੇ ਨਾ ਉਹ
ਉੱਖਣ ਜਿਹਾ ਲੱਗ ਗਿਆ ਸੀਗਾ, ਹੋਰ ਹੀ ਹੋਣ ਲੱਗ ਗਿਆ ਸੀਗਾ ਫੋਟੋ ਨੂੰ, ਉਹ ਧੂੰਏ ਕਰਕੇ ਤਾਂ ਹੋਰ ਹੀ ਹੋ ਗਈ ਸੀ ਫੋਟੋ। ਫੋਟੋ ਆਪਾਂ ਲਾ ਤੀ, ਹੁਣ ਆਪਾਂ ਫੋਟੋ ਇੱਥੇ ਕੁਛ ਹੋਰ ਲਾਵਾਂਗੇ। ਤੂੰ ਕੀ ਬਣਾਇਆ ਵੀ ਅੱਜ? ਉਹੀ ਪਿਆ ਰੋਟੀ? ਹਾਂ ਮੰਮੀ ਤਾਂ ਹੁਣ ਉੱਥੇ ਗਏ, ਮੰਮੀ ਸਾਡੀ ਮਾਤਾ, ਸਾਡੀ ਮਾਤਾ ਦਿਲ ਲਾ ਕੇ ਬਹਿ ਜਾਂਦੀ ਜਿੱਥੇ ਜਾਂਦੀ ਹੈ। ਉਹ ਦੇਖੋ ਜੀ ਪੋਲੇ ਨਾ ਹੋ ਗਏ। ਚਲੋ ਫਿਰ ਲਿਆ ਰੋਟੀ ਖਾਈਏ, ਭੁੱਖ ਲੱਗ ਜਾਂਦੀ ਹੈ। ਰੋਟੀ ਖਵਾ ਦੇ ਮੈਨੂੰ, ਟਾਈਮ ਦੇ 9:30 ਹੋ ਗਏ, ਭੁੱਖ ਲੱਗੀ ਜਾਂਦੀ ਹੈ। ਗਈ ਕੱਪੜੇ ਧੋਈ ਜਾਂਦੀ ਹੈ, ਜੇ ਕੱਪੜੇ ਧੋਈ ਜਾਂਦੀ ਹੈ ਅੱਜ, ਕਹਿੰਦੀ ਫਿਰ ਕੱਲ੍ਹ ਮੰਗਲਵਾਰ ਹੈ, ਫਿਰ ਮੈਂ ਕੱਪੜੇ ਨਹੀਂ ਧੋਣੇ, ਕੱਲ੍ਹ ਮੈਂ ਹੁਣੇ ਧੋ ਦਿੰਦੀ ਹਾਂ। ਰਾਤ ਨੂੰ ਕੱਪੜੇ ਧੋਣ ਲੱਗੇ, ਦੇਖੋ ਤੁਸੀਂ ਅੱਜ ਕਿਸੇ ਨੇ ਫਿਰ ਸਵੇਰੇ ਤਾਂ ਨਹੀਂ ਕੱਪੜੇ ਧੋਏ, ਕਿਉਂਕਿ ਤੁਹਾਨੂੰ ਦਿਖਾਇਆ ਸੀਗਾ ਉਹ ਅੱਜ ਸਵੇਰੇ ਟੂਟੀ ਵਾਲਾ ਬਾਲ ਜਿਹਾ ਲੀਕ ਹੋ ਗਿਆ ਸੀਗਾ, ਉਹਦੇ ਕਰਕੇ ਫਿਰ ਉੱਪਰੋਂ ਮੈਂ ਇੰਨੇ ਕਨੈਕਸ਼ਨ ਬੰਦ ਕਰਤਾ ਸੀਗਾ। ਇੱਧਰਲੇ ਬਾਥਰੂਮ ਅਲੱਗ ਕਨੈਕਸ਼ਨ ਆ, ਉੱਧਰਲੇ ਬਾਥਰੂਮ ਅਲੱਗ ਕਨੈਕਸ਼ਨ ਆ, ਤਾਂ ਕਰਕੇ ਫਿਰ ਕੱਪੜੇ ਬਾਹਰ ਧੋਣੇ ਹੁੰਦੇ ਆ, ਉੱਥੇ ਮਸ਼ੀਨ ਲਾ ਕੇ, ਉੱਥੇ ਫਿਰ ਪਾਣੀ ਆਉਣਾ ਨਹੀਂ ਸੀਗਾ, ਇਸ ਲਈ ਫਿਰ ਹੁਣੇ ਕੱਪੜੇ ਧੋ ਕੇ ਹਟੀ ਹੈ। ਸ਼ਾਮ ਨੂੰ ਆਇਆ ਸੀਗਾ ਪਲੰਬਰ, ਉਹ ਸਹੀ ਕਰਕੇ ਗਿਆ ਆ ਕੇ, ਹੈ ਨਾ, ਅਤੇ ਤਾਂ ਕਰਕੇ ਹੁਣ ਕੱਪੜੇ ਧੋ ਕੇ ਹਟੀ ਹੈ, ਕਿਉਂਕਿ ਕੱਲ੍ਹ ਫਿਰ ਇਹਨੇ ਪਹਿਲਾ ਦਿਨ ਆਪਦਾ ਉੱਥੇ ਵੀ ਜਾਣਾ ਹੈਗਾ ਸਿਲਾਈ ਸਿੱਖਣ ਵਾਸਤੇ, ਫਸਟ ਡੇ ਸਿਲਾਈ ਦਾ। ਕਹਿੰਦੀ ਫਿਰ ਮੈਂ ਉੱਥੇ ਟਾਈਮ ਲੱਗ ਜੂਗਾ ਜੀ ਮੈਨੂੰ, ਫਿਰ ਮੈਨੂੰ ਟਾਈਮ ਨਹੀਂ ਲੱਗਣਾ, ਇਸ ਲਈ ਮੈਂ ਕੱਪੜੇ ਅੱਜ ਹੀ ਧੋ ਦਿੰਦੀ ਹਾਂ। ਮੈਂ ਕਿਹਾ ਭਾਈ ਧੋ ਦਿਓ, ਕੰਮ ਨਿਬੇੜੋ। ਕਹਿੰਦੀ ਤੁਸੀਂ ਮੈਨੂੰ ਬਸ 15-20 ਮਿੰਟ ਦੇ ਦਿਓ। ਕਹਿੰਦੀ ਬਸ ਮੈਂ ਕੱਪੜੇ ਧੋ ਕੇ ਆ ਗਈ ਅਤੇ ਫਿਰ ਮੈਂ ਰੋਟੀ ਬਣਾਉਣੀ ਹੈ। ਮੈਂ ਕਿਹਾ ਠੀਕ ਹੈ ਜੀ, ਉਹ ਦੱਸ ਰਹੀ ਹੈ, ਕਹਿੰਦੀ ਦੇਖੋ ਜੀ ਮੈਂ ਸਹੀ 15 ਮਿੰਟ 'ਚ ਆ ਗਈ। ਚਲੋ ਖਾਣਾ ਖਾਂਦੇ ਹਾਂ ਗਾਈਸ, ਖਾਣਾ ਬਣ ਕੇ ਆਉਂਦਾ। ਹਾਂ ਦੇਖੋ ਗਾਈਸ, ਅੱਜ ਆਪਾਂ ਲੈ ਕੇ ਆਉਂਦੀ ਇੱਕ ਚੀਜ਼, ਇਹ ਆਪਾਂ ਇਹ ਕਹਿੰਦੇ ਹਾਂ ਮੇਰੇ ਦੋਸਤ ਸੁਨੀਲ ਤੋਂ। ਮੇਰੇ ਕੋਲ ਨਾ ਹਾਰਡ ਡਿਸਕ ਪਈ ਹੈ ਪੁਰਾਣਾ, ਮੇਰੇ ਕੋਲ ਨਾ ਕੰਪਿਊਟਰ ਹੁੰਦਾ ਸੀ ਪਹਿਲਾਂ, ਉਹਦੀ ਹਾਰਡ ਡਿਸਕ ਸੰਚ ਹੈ, ਇਹਦੇ ਵਿੱਚ ਪਾ ਕੇ ਨਾ ਡਾਟਾ ਕਾਪੀ ਕਰਾਂਗੇ। ਉਹਦੇ ਵਿੱਚ ਨਾ ਬਹੁਤ ਪੁਰਾਣੀਆਂ ਚੀਜ਼ਾਂ ਪਈਆਂ, ਪੁਰਾਣੀਆਂ ਵੀਡੀਓ ਪਈਆਂ ਵਿਸ਼ਨੂੰ ਦੀਆਂ, ਖੇਡਣ ਦੀਆਂ, ਹੈ ਨਾ, ਅਤੇ ਉਹ ਕਾਫੀ ਟਾਈਮ ਹੋ ਗਿਆ ਦੇਖਿਆ ਸੀਗਾ। ਤੁਸੀਂ ਐਂ ਲਾ ਲਓ 2015 ਤੋਂ ਬਾਅਦ ਉਹ ਹਾਰਡ ਡਿਸਕ ਚਲਾਈ ਨਹੀਂ ਗਈ, ਅਤੇ ਉਹਨੂੰ ਚਲਾ ਕੇ ਦੇਖਾਂਗੇ ਕਿਵੇਂ ਚੱਲਦੀ ਹੈ, ਉਹਨੂੰ ਕੱਢਾਂਗੇ ਇੱਕ ਡਾਟਾ ਸਾਰਾ ਕਾਪੀ ਕਰਾਂਗੇ ਲੈਪਟੋਪ, ਫਿਰ ਉਹਨੂੰ ਮੁੜ ਆਵਾਂਗੇ ਦੋਸਤ ਨੂੰ ਮੇਰੇ ਸੁਨੀਲ ਨੂੰ, ਅਤੇ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਸ਼ੌਪ ਉਹਦੀ, ਕੱਲ੍ਹ ਨੂੰ ਮੁੜ ਕੇ ਆਊਂਗਾ ਅਤੇ ਕੱਲ੍ਹ ਨੂੰ ਤੁਹਾਨੂੰ ਸ਼ੌਪ ਵੀ ਦਿਖਾਊਂਗਾ, ਵਧੀਆ ਕੰਮ ਕਰ ਲਿਆ। ਜੇ ਕਿਸੇ ਨੇ ਕੋਈ ਫੋਟੋ ਫੋਟੋਗ੍ਰਾਫਰੀ ਦਾ ਕੰਮ ਕਰਾਉਣਾ ਹੋਵੇ, ਹੈ ਨਾ, ਵਿਆਹ ਸ਼ਾਦੀਆਂ ਦੀ ਸ਼ੂਟਿੰਗ ਵਗੈਰਾ ਕਰਨੀ ਹੋਵੇ, ਸ਼ੂਟਿੰਗ ਹੁੰਦੀ ਨਾ ਵਿਆਹ ਸ਼ਾਦੀ ਦੀ, ਕੀ ਕਹਿੰਦੇ ਹੁੰਦੇ ਆ, ਐਲਬਮ ਬਣਾਉਣੀ ਹੋਵੇ, ਹੈ ਨਾ, ਪ੍ਰੀ ਵੈਡਿੰਗ ਹੋ ਗਿਆ, ਸਾਰਾ ਤੁਸੀਂ ਕਰਦਾ ਹੋ, ਤੁਹਾਨੂੰ ਦਿਖਾਵਾਂਗਾ ਸ਼ੌਪ ਗਾਈਡ ਦਾ। ਲਓ ਜੀ ਤਵਾ ਧਰਤਾ, ਕੱਦੂ ਨਾਲ ਰੋਟੀ ਖਾਵਾਂਗੇ ਆਪਾਂ। ਗਾਈਸ ਡਿਨਰ ਵਗੈਰਾ ਹੋ ਚੁੱਕਿਆ ਕੰਪਲੀਟ, ਅਤੇ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਇੱਕ ਨਵੇਂ ਵਲੌਗ ਦੇ ਨਾਲ, ਅਤੇ ਆਪਾਂ ਅੱਜ ਦੇ ਵਲੌਗ ਦਾ ਕਰਦੇ ਹਾਂ ਐਂਡ। ਉਮੀਦ ਹੈ ਤੁਹਾਡਾ ਵਲੌਗ ਵਧੀਆ ਲੱਗਿਆ ਹੋਊਗਾ, ਜੇ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਬਾਏ, ਗੁੱਡ ਨਾਈਟ, ਟੇਕ ਕੇਅਰ, ਜੈ ਹਿੰਦ।